ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਪਣੇ ਅਗਲੇ ਨਿਊ ਵਲੌਗ ਦੇ ਵਿੱਚ। ਅੱਜ ਇਹਦੇ ਵਿੱਚ ਦੱਸਾਂਗੇ ਵੀ ਇਹ ਵੇਖੋ ਵੀ ਕਿੰਨਾ ਕਿਤੇ ਉੱਚਾ ਵੜਦੀ ਹੈ। ਕਈ ਵੀਰ ਕਹਿੰਦੇ ਵੀਰ ਜੀ ਇਹ ਉੱਚਾ ਵੜਦੀ, ਖਲਾਰਾ ਪਾਉਂਦੀ, ਤੁਸੀਂ ਵੇਖ ਸਕਦੇ ਹੋ ਵੀ ਜ਼ਮੀਨ ਨੂੰ ਕਿਤੇ ਕਿੰਨਾ ਉੱਚਾ ਆ। ਵੀ ਆਹ ਵੇਖੋ, ਪਹਿਲੀ ਫੇਰ ਆਪਾਂ ਇੱਦਾਂ ਭਰ ਲੈਣਾ ਬੈਗ, ਟਰਾਲੀ ਲੈ ਜਾਣੀ, ਮਗਰ ਪਾ ਲੈਣਾ ਆ ਵੀ ਕੋਈ ਇਹਦਾ ਪੰਨਾ ਨਹੀਂ ਵੱਢਣਾ, ਕੁਛ ਨਹੀਂ ਕਰਨਾ। ਤਾਂ ਬਸ ਆਪਾਂ ਅੱਗੇ ਮੈਂ ਇੱਕ ਚੀਜ਼ ਆਖੀ ਆ ਵੀ ਇਹਦੇ ਵੱਲ ਬਸ ਆਪਾਂ ਨੂੰ ਮਕਈ ਦਾ ਧਿਆਨ ਦੇਣ ਦੀ ਲੋੜ ਆ। ਵੀ ਚਲੋ ਆਹ ਵੀ ਸਾਡੀ ਜਿਹੜੀ ਵੱਢਣ ਦੇ ਮਕਈ ਮਾਸਾ ਹੌਲੀ ਹੈ, ਵੀ ਇੰਨੀ ਹੈਗੀ ਨਹੀਂ ਭਾਰੀ, ਅਤੇ ਇਸ ਲਈ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਮਕਈ ਵੱਲ। ਬਾਕੀ ਵੱਢਣ ਦਾ ਤਾਂ ਕੋਈ ਏਡਾ ਹੈਗਾ ਨਹੀਂ ਆ। ਕਈ ਵੀਰਾਂ ਦੇ ਵੀਰੇ ਗਿੱਲੀ ਪੈਲੀ 'ਚ ਵੱਢੂ, ਗਿੱਲੀ 'ਚ ਵੱਢੂਗੀ ਸਹੀ, ਪਰ ਐਡਾ ਕੋਈ ਸਵਾਦ ਨਹੀਂ ਆ। ਵੀ ਡੰਡ ਜੀ ਲੈਣ ਆ, ਵੀ ਜੇ ਆਪਾਂ ਡੰਡ ਚੀਜ਼ ਦੀ ਲਾਉਣੀ ਆ ਤਾਂ ਫਿਰ ਤਾਂ ਆਪਾਂ ਵੱਢਦੇ, ਵੀ ਵੱਢ ਹੀ ਦੇਣੀ। ਇੰਨੀ ਇੰਨੀ ਕੀ ਮਸ਼ੀਨ ਆ ਇਹ, ਵੀ ਇਹਨੇ ਜੋ ਮਰਜ਼ੀ ਆਪਾਂ ਕਰੀ ਜਾਈਏ। ਇਸ ਲਈ ਵੀ ਆਪਾਂ ਵੀ ਸੁੱਕ ਪੁੱਗੇ ਜ਼ਿਆਦਾ ਵਧੀਆ ਹੋਵੇ, ਵੀ ਜ਼ਿਆਦਾ ਵਧੀਆ ਵੱਢਦੀ ਆ। ਕਈਆਂ ਵੀਰਾਂ ਦੇ ਸਾਨੂੰ ਮੈਸੇਜ ਆਉਂਦੇ ਇੰਸਟਾ 'ਤੇ ਵੀ ਵੀਰ ਜੀ ਤੁਹਾਡਾ ਵਲੌਗ ਨਿੱਕਾ ਹੁੰਦਾ ਆ। ਵੀਰ ਜੀ ਵਲੌਗ ਤਾਂ ਨਿੱਕਾ ਹੁੰਦਾ ਜੇ ਆਪਾਂ ਨੂੰ ਇਹਦਾ ਕੋਈ ਆਪਾਂ ਨੂੰ ਸਿਸਟਮ ਪਤਾ ਨਹੀਂ ਆ, ਵੀ ਜਿੰਨੇ ਵੀ ਯੋਗੇ ਹੈਗੇ ਆ ਐਡਿਟ ਕਰਕੇ ਪਾ ਦੀ ਤਾਂ ਮਾੜਾ ਮੁੜ ਜਾ। ਅਤੇ ਜਿਹੜੇ ਵੀਰ ਵਹਿੰਦੇ ਆ, ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਚੈਨਲ ਸਬਸਕ੍ਰਾਈਬ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਐਂਡ ਤੱਕ ਵੇਖਿਆ ਕਰੋ, ਸਕਿੱਪ ਨਾ ਕਰਿਆ ਕਰੋ। ਵੀ ਆਪਾਂ ਕਿਸਾਨ ਭਰਾ ਆ, ਆਪਾਂ ਕੋਈ ਗਲਤ ਆਪਾਂ ਨੂੰ ਕਿਸੇ ਨੂੰ ਦੱਸਣ ਨਹੀਂ ਦੇ, ਸਭ ਆਪਾਂ ਆਪਣੇ ਜੋ ਵੀ ਕਰਦੇ ਹਾਂ, ਜੋ ਵੀ ਆਪਾਂ ਮਸ਼ੀਨ ਆਈ ਆ, ਵੀ ਸਾਡਾ ਫਰਜ਼ ਆ ਵੀ ਸਾਰਿਆਂ ਨੂੰ ਦੱਸਿਆ ਜਾਵੇ। ਵੀ ਕੋਈ ਹੁਣ ਆਪਣਾ ਵੀ ਹੈਗਾ ਨਹੀਂ, ਲੇਬਰ ਦਾ ਰੌਲਾ ਨਹੀਂ ਆ। ਵੀ ਇਸ ਲਈ ਵੀ ਹੁਣ ਆਹ ਵੇਖੋ, ਆਪਾਂ ਘਰ ਆਣ ਕੇ ਇੱਦਾਂ ਇਹਨਾਂ ਨੂੰ ਟੋਇਆਂ 'ਚ ਪਾਈਦਾ ਆ, ਟੋਇਆਂ 'ਚ ਪਾ ਕੇ ਐਂ ਚੰਗੀ ਤਰ੍ਹਾਂ ਇਹਨੂੰ ਨੱਪੀ ਦਾ, ਪਹਿਲੀ ਟਰਾਲੀ 'ਚੋਂ ਟਰੈਕਟਰ ਟੋਏ 'ਚ ਵਾੜ ਦੀਦਾ। ਵੀ ਇਹਦਾ ਇੱਕੋ ਤਰੀਕਾ ਆ, ਵੀ ਕਈ ਕਹਿੰਦੇ ਇਹਨੂੰ ਸਾਂਭਦੇ ਕਿੱਦਾਂ, ਇਹਦਾ ਵੀਰ ਜੀ ਸਾਂਭਣ ਦਾ ਤਰੀਕਾ ਇਹੋ ਹੀ ਆ ਵੀ ਜਿੰਨੀ ਨਪਾਈ ਹੋ ਸਕੇ। ਹੁਣ ਸਾਡੇ ਟੋਇਆਂ ਦੇ ਵਿੱਚ ਪਾਣੀ ਵੀ ਖਲੋ ਜੇ ਅਤੇ ਪਾਣੀ ਅੰਦਰ ਨਹੀਂ ਜਾਊਗਾ, ਸਿਰਫ ਬਾਹਰ ਬਾਹਰ ਹੀ ਰਹੂਗਾ। ਜਿੰਨੀ ਇਹਦੀ ਨਪਾਈ ਹੋ ਸਕੇ ਉੱਨੀ ਆ ਬਸ। ਵੀ ਇੱਕ ਜਦੋਂ ਆਪਾਂ ਇਹਨੂੰ ਚਾਰ ਨੂੰ ਕੰਪਲੀਟ ਹੋ ਜਾਂਦਾ ਆ, ਅਤੇ ਇਹਦੇ ਉੱਤੇ ਐਂ ਤਰਪਾਲ ਤਰਪੂਲ ਪਾ ਕੇ ਚੰਗੀ ਤਰ੍ਹਾਂ ਕੱਜ ਦੇਣਾ ਚਾਹੀਦਾ ਆ, ਵੀ ਐਂ ਮਿੱਟੀ ਮੁੱਟੀ ਪਾ ਕੇ, ਵੀ ਇਹਦੀ ਹਵਾ ਨਹੀਂ ਨਿਕਲਣੀ ਚਾਹੀਦੀ। ਜਦੋਂ ਇਹਦੀ ਹਵਾ ਨਿਕਲ ਗਈ ਉਦੋਂ ਸਮਝ ਲਓ ਵੀ ਇਹ ਖਰਾਬ ਹੋ ਜਾਣਾ। ਹੁਣ ਆਹ ਵੇਖੋ ਜਿਹੜਾ ਲਾਗੇ ਪਿਆ ਆ ਚਾਰ, ਹੁਣ ਇਹਦੇ ਗਾੜੀ ਪਾਣੀ ਵੀ ਆ ਜਾਏ ਨਾ, ਅਤੇ ਇਹਨੇ ਖਰਾਬ ਨਹੀਂ ਹੋਣਾ। ਇਸ ਲਈ ਵੀ ਇਹਦਾ ਇੱਕੋ ਹੀ ਆ ਤਰੀਕਾ, ਵੀ ਜਿੰਨੀ ਨਪਾਈ ਹੋ ਸਕੇ ਉੱਨੀ ਇਹਦੀ ਨਪਾਈ ਕਰੋ। ਬਾਕੀ ਵੀ ਹੋਰ ਇਹਦਾ ਕੋਈ ਇਸ਼ੂ ਨਹੀਂ ਆ। ਸਪਰੇਆਂ ਵੀ ਆਉਂਦੀਆਂ, ਉੱਤੇ ਦਵਾਈ ਵੀ ਪੈਂਦੀ ਇਹਦੇ, ਉਹ ਵੀ ਪਾ ਲੈਣੀ ਚਾਹੀਦੀ। ਉਹਦੇ ਨਾਲ ਉੱਲੀ ਦੀ ਸ਼ਿਕਾਇਤ ਘੱਟ ਆਉਂਦੀ ਆ। ਕਈ ਕਹਿ ਦਿੰਦੇ ਵੀਰ ਜੀ ਸਾਡੇ ਉੱਲੀ ਲੱਗ ਗਈ, ਉੱਲੀ ਵੀਰ ਜੀ ਤਾਂ ਲੱਗਦੀ ਆ ਵੀ ਜਦੋਂ ਆਪਾਂ ਚਾਰ ਦੀ ਹਵਾ ਨਿਕਲ ਜਾਂਦੀ ਆ ਆਪਣੇ ਤੋਂ, ਵੀ ਜਦੋਂ ਆਪਣੀ ਚਾਰ ਦੀ ਨਪਾਈ ਨਹੀਂ ਚੰਗੀ ਤਰ੍ਹਾਂ ਹੁੰਦੀ ਉਦੋਂ ਉੱਲੀ ਨਿਕਲਦੀ ਆ। ਚਲੋ ਠੀਕ ਆ, ਆਪਾਂ ਮਿਲਦੇ ਹਾਂ ਫਿਰ ਅਗਲੇ ਵਲੌਗ 'ਚ। ਧੰਨਵਾਦ ਜੀ।